ਭੁਪਿੰਦਰਪਾਲ ਰਿਸ਼ੀ ਤੇ ਇਕਬਾਲ ਸਿੰਘ ਬਰਾੜ ਫੇਰੂਕੇ ਦੀ ਪੇਸ਼ਕਸ਼ ਸਾਜਨ ਸਟੂਡੀਓ ਦੀ ਭੇਟ। ਇੱਕ ਕਵਿਤਾ ਸੁਣ ਲਓ ਇਹਨਾਂ ਵੀਰਾਂ ਤੋਂ, ਫਿਰ ਆਪਾਂ ਅੱਗੇ ਵਿਚਾਰਾਂ ਕਰੀਏ ਥੋੜੀ ਜਿਹੀ ਇਤਿਹਾਸ ਦੀਆਂ। ਉਹ ਇਹ ਆ ਵੀ ਭਾਈ ਰਿਹਾ ਨਹੀਂ ਕਿਸੇ ਨੇ ਰਹਿਣਾ ਨਹੀਂ, ਜੇ ਚੰਗਾ ਚਾਹੁੰਦੇ ਮਰਜ਼ੀ ਹੋਸ਼ ਕਰ, ਨਹੀਂ ਫਿਰ ਸਰਟੀਫਿਕੇਟ ਦੇ ਦੇਣਗੇ ਆ ਕੇ ਜੰਮੂ ਤੋਂ, ਜੋ ਹੋਸ਼ ਆਈ ਨਾ ਆਈ ਫਿਰ ਤਾਂ ਬੇਕਾਰ ਹੈ। ਆਓ ਆ ਕਵਿਤਾ ਸਰਪਣ ਕਰੋ। ਹੁਕਮ ਨਾ ਮੂਰਖ ਆਗੂ ਬਣਿਆ ਫਿਰ ਤਾਈ ਕਰਦਾ, ਜਿਸ ਮਾਨਸ ਜਨਮ ਦੀਆ ਉਹਨੂੰ ਕਦੇ ਯਾਦ ਨਹੀਂ ਕਰਦਾ। ਮੁਖ ਚਾਵਤ ਕਾਲ ਤੋ ਸਦਾ ਨੀ ਫਿਰ ਨਾ ਅਲਕ ਬਸ਼ੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਭਾਰਤ ਭੂਮੀ ਬਹੁਤ ਸੁਧਾਰੇ, ਦਾਤਾ ਤੇ ਭਗਤ ਬਲੀ ਨਾ ਗਿਣਤੀ ਵਿੱਚ ਆਉਂਦੇ ਸਾਰੇ। ਹੈ ਸਵੀ ਨ ਪੈਦ ਕੀ ਹੈ ਸਵੀ ਨ ਪੈਦ ਕੀ ਆਪਣੇ ਪਾਲ ਘੁੰਮਣ ਤੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਕਭੀ ਬਲੀ ਮੇਰੀ ਹਾਥੀ ਫੜ ਇਸ ਮਹਿਲ ਚੜਾਏ, ਕਈ ਵਰਸ ਹਜ਼ਾਰ ਹੋਏ ਅਜੇ ਤੱਕ ਮੁੜ ਵਾਪਸ ਨਹੀਂ ਆਏ। ਆ ਗਵਾਹੀ ਗ੍ਰੰਥ ਦਿੰਦੇ ਦਿਲਾ ਤੋਂ ਚੁੱਤ ਸਮਝਣਾ ਮੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਜੇ ਮਨ ਰੂਪ ਦਾ ਹੈ ਮਨ ਰੂਪ ਦਾ ਹੈ ਤਾਂ ਫਿਰ ਯੂਸਫ ਤੋਂ ਨਹੀਂ ਸੋਹਣਾ, ਕਵੀ ਕਾਲੀਦਾਸ ਕਰਗਾ ਜਗ ਤੇ ਨਹੀਂ ਕਵੀ ਸ਼ੁਰ ਹੋਣਾ। ਕੋਈ ਧਰਮੀ ਪੁਰਸ਼ ਵਜੋਂ ਪਾਪ ਨਹੀਂ ਪਾਲ ਘੁੰਮਣ ਤੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਜੇ ਦਾਨ ਬਲੀ ਵੇਖੇ ਤਾਂ ਫਿਰ ਜਗ ਦੇਵ ਤੋਂ ਨੀਚੇ, ਵਿਕ ਗੇਹ ਵਿੱਚ ਕਾਸ਼ੀ ਦੇ ਹਰੀ ਚੰਦ ਹੀ ਜੈਸੇ ਛੋੜ ਬਗੀਚੇ। ਤੂੰ ਬਿਨਾਂ ਬਚਾਏ ਤੋਂ ਐ ਮਿਟਾਉਂਦਾ ਫਿਰੇ ਹਨੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਵੇਖ ਲੈ ਪਿਆਰਾ ਚਾਲੀ ਗੰਜ ਜੋੜੇ ਸੀ ਉਹ ਵੀ ਖਾਲੀ ਹੱਥ ਸੁਧਾਰਾ। ਦੁਨੀਆ ਤਾਂ ਲੱਗ ਗਿਆ ਦੋ ਦਿਨ ਕਰਕੇ ਰਹਿਣ ਬਸੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਭਗਤਾਂ ਦੀ ਲਿਸ਼ਟ ਵਿੱਚੋਂ ਭਗਤਾਂ ਦੀ ਲਿਸ਼ਟ ਵਿੱਚੋਂ ਪੱਲੇ ਭਰ ਗਏ ਮਹਿਲ ਚੁਰਾਗੇ, ਪ੍ਰਹਿਲਾਦ ਭਗਤ ਭਰ ਗਏ ਜੱਫੀਆਂ ਟੁੱਟੇ ਹੱਥ ਮਹਿਲੋਂ ਪਾ ਗਏ। ਪੱਲੇ ਨੂੰ ਸ਼ਾਨ ਗਏ ਕਾਦਾ ਕਰ ਦਮਾਨ ਦਲੇਰਾ, ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਮਨ ਯਾਦਾਂ ਕੂੜ ਦੀਆਂ ਆ ਜਗ ਚਿੜੀਆਂ ਰਹਿਣ ਬਸੇਰਾ। ਜਿਹੜੀ ਕਾਢ ਗਾਉਣ ਵਜਾਉਣ ਕੋਈ ਵੀ ਹੈ ਉਹਦੇ ਵਿੱਚ ਜੇ ਬਰਮ ਦਾ ਰੰਗ ਨਾ ਹੋਵੇ, ਦੁਨੀਆ ਵੀ ਇਕੱਲਾ ਹੀ ਰੰਗ ਹੋਵੇ, ਸਾਨੂੰ ਉਹਦਾ ਕੋਈ ਫਾਇਦਾ ਨਹੀਂ। ਮੈਂ ਬੇਨਤੀ ਕਰਦਾ ਸੀ ਕਿ ਆਪਾਂ ਨੇ ਗੱਲ ਕਰਨੀ ਹੈ ਗੁਰਸਿੱਖਾਂ ਦੀ ਸਿੱਖ ਕਿਹੋ ਜਿਹਾ ਹੁੰਦਾ। 18ਵੀਂ ਸਦੀ ਦੇ ਵਿੱਚ ਸਾਡੇ ਸਿਰਾਂ ਦੇ ਮੁੱਲ ਪਏ, ਸਿੰਘਾਂ ਨੂੰ ਘਰ ਘਰ ਚ ਛੱਡ ਕੇ ਜੰਗਲਾਂ ਚ ਰਹਿਣਾ ਪਿਆ, ਫਿਰ ਘੱਲੂ ਘਾਰਿਆਂ ਚ ਸਿੰਘਾਂ ਦਾ 18ਵੀਂ ਸਦੀ ਚ ਬਹੁਤ ਭਿਆਨਕ ਹਾਦਸਾ ਹੋਇਆ, ਜੰਗਲਾਂ ਚ ਰਹਿਣਾ ਪਿਆ, ਤੰਗੀਆਂ ਕੱਟਣੀਆਂ ਪਈਆਂ। 18ਵੀਂ ਸਦੀ ਦੇ ਅੰਤ ਵਿੱਚ 1795-94 ਵਿੱਚ ਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਤੋੜ ਕੇ ਸਿੰਘਾਂ ਨੂੰ ਕਿਹਾ, ਸਿੰਘੋ ਇੱਕ ਮੁੱਠ ਹੋ ਜਾਓ, ਆਪਾਂ ਨੂੰ ਇਹ ਜ਼ਾਲਮ ਚੁੱਕ ਦੇਣਗੇ। ਲਾਹੌਰ ਦੇ ਤਖ਼ਤ ਤੇ ਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ, ਫਿਰ ਇਹਨਾਂ ਦਾ ਮੁਕਾਬਲਾ ਕਰਨ ਜੋਗੇ ਹੋ ਗਏ, ਪਾਵਰ ਕਾਇਮ ਹੋ ਗਈ। ਇਹਦੇ ਜਰਨਲ 3 ਸੀ ਕਿ ਅਕਾਲੀ ਫੂਲਾ ਸਿੰਘ ਔਰ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ। ਇਹਨਾਂ ਤਿੰਨਾਂ ਨੇ ਫਿਰ ਖੰਡੇ ਮਾਰ ਮਾਰ ਕੇ ਨਾ ਪੰਜਾਬ ਨੂੰ ਚਾਰੇ ਪਾਸੇ ਵਧਾਇਆ। ਪੰਜਾਬ ਐਡਾ ਨਹੀਂ ਸੀ, ਆ ਦਿੱਲੀ ਦੀਆਂ ਕੰਧਾਂ ਤੱਕ ਪੰਜਾਬ ਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਉਹਨਾਂ ਨੇ ਵਧਾਇਆ। ਇੱਧਰ ਹਿਮਾਲੇ ਦੀ ਚੋਟੀ ਤੱਕ, ਜੰਮੂ ਕਸ਼ਮੀਰ, ਕੰਨਿਆ ਕੁਮਾਰੀ ਖਿੱਚ
खिंच के पंजाब की छाती विशाल करती, जिन्हें लाहौर का तख्त अज तक याद है दुनिया के। एक खोज वाली गल है, सिख होंदा की है। राजा रणजीत सिंह जी पादर कायम करके चला गया हजूर साहब, दसवें सतगुरु का जिहड़ा अंतिम संस्कार अंगीठा सी वह फरोलना नहीं सी। राजा रणजीत सिंह कहिंदे वी एडा साडा इक धाम साडा रहिबर इत्थे समाप्त होया सचखंड गया, ते उन्हां दी यादगार नहीं बनाई कोई बिल्डिंग। ध्यान सुन डोगरा कहिंदा वेख लै लिखिया पे कि गुरु जी लिख गए भाई जिहड़ा साडा नीं पत्थर रखू मेरी बिल्डिंग बनाऊ उहदा वंश नहीं रहू। क्यों भाई की खोजोगे भला? यह पेपर सी कलगी वाले गुरु वाकई लिख गए सी, लिख के भी सच गए सी ते वंश नहीं रहू। राजा रणजीत सिंह कहना फिर मेरा वंश रहे ना रहे मैंने लोड़ नहीं, जेडे शहनशाह ने साडे पिछे वंशदार था कोई ऐ मौत की घोड़ी चाढ़ते अखियां दे तारे असी अपने राज नूं अपने बच्चियां नूं अपने माता पिता नूं प्यारा समझिए गुरु के चरणों तो यह भाई पेपर है इट मैं रखांगा। किड्डी कुरबानी नाले मनदा सी कलगी वाले गुरु ने भी पावर है हथी इट रखती होया भी उही कुछ। एक बेनती राजा रणजीत सिंह दियां सत राणियां दस्सिया एक इतिहास नौ भी लिखे पूरे इस गहराई च नहीं पहुंचे। जेड़ी सारियां तो छोटी राणी सी जिंदा ਇਹ ਪੂਰਨ ਗੁਰਸਿੱਖ ਘਰਾਣੇ ਦੀ ਲੜਕੀ ਸੀ, ਸਰਦਾਰ ਮੰਨਾ ਸਿੰਘ ਸੀ ਪੰਜੇ ਕੱਕਿਆਂ ਦਾ ਪੂਰਾ, ਉਹਦੀ ਪੁੱਤਰੀ ਸੀ ਰਾਣੀ ਜਿੰਦਾ ਸਿੰਘ ਪੈਦਾ ਹੋਇਆ ਛੋਟਾ ਪੁੱਤਰ ਰਾਜਾ ਰਣਜੀਤ ਸਿੰਘ ਦਾ 38 ਨੂੰ। ਇੱਕੋ ਹੀ ਸਾਲ ਦਾ ਸੀ ਜੇ ਬਲਕਿ 11 ਮਹੀਨਿਆਂ ਦਾ ਆ ਗਿਆ ਉਹੀ ਪੇਪਰ ਮੇਰਾ ਕਲਗੀ ਵਾਲੇ ਗੁਰੂ ਦਾ ਸੀ। ਰਾਜਾ ਰਣਜੀਤ ਸਿੰਘ ਤਾਂ ਸੱਚਖੰਡ ਚਲੇ ਗਏ। ਹੁਣ ਪਿੱਛੇ ਰਹਿ ਗਈਆਂ ਸ਼ਕਤੀਆਂ, ਕਲਗੀ ਵਾਲੇ ਗੁਰੂ ਦਾ ਬਚਨ ਵੀ ਆ ਰਿਹਾ ਇਧਰੋਂ ਦੂਜੀ। ਉਹਨਾਂ ਤੋਂ ਬਾਅਦ ਤਖ਼ਤ ਦੇ ਉੱਤੇ ਸਰਦਾਰ ਖੜਗ ਸਿੰਘ ਨੂੰ ਬਿਠਾਤਾ। ਖੜਗ ਸਿੰਘ ਰਾਜਾ ਰਣਜੀਤ ਸਿੰਘ ਦਾ ਬੜਾ ਪੁੱਤਰ ਸੀ। ਖੜਗ ਸਿੰਘ 3 ਮਹੀਨੇ ਰਿਹਾ, ਡੋਗਰਿਆਂ ਨੇ ਸੋਚਿਆ ਵੀ ਉਹਨੂੰ ਹੁਣ ਜੜਾ ਪੱਟੋ, ਉਹਨਾਂ ਨੇ ਜ਼ਹਿਰ ਦੇ ਕੇ ਖੜਗ ਸਿੰਘ ਨੂੰ 3 ਮਹੀਨੇ ਰਾਜ ਕਰਦੇ ਨੂੰ ਹੋਏ ਖਤਮ ਕਰਤਾ। ਮੈਂ ਤਾਂ ਵੀ ਐਡਾ ਸਖ਼ਤ ਸ਼ਰਾਫ ਖੜਗ ਸਿੰਘ ਨੂੰ ਚਾੜਤਾ ਸਿਖਾ ਤੇ। ਉਸੇ ਦਾ ਖੜਗ ਸਿੰਘ ਦਾ ਪੁੱਤਰ ਨੌ ਨਿਹਾਲ ਸਿੰਘ ਫਿਰ ਉਹਦੇ ਦਸਤਾਰ ਬੰਨ੍ਹ ਕੇ ਗੱਦੀ 'ਤੇ ਉਹ ਬਿਠਾਤਾ। ਇੱਕ ਸਾਲ ਨੌ ਨਿਹਾਲ ਸਿੰਘ ਤਖ਼ਤ 'ਤੇ ਰਿਹਾ ਲਾਹੌਰ ਦੇ 'ਤੇ। ਇੱਕ ਸਾਲ ਬਾਅਦ ਕਿਤੇ ਜਾ ਰਹੇ ਨੇ ਮਹਿਫਲ 'ਚ ਮੁੜੇ ਆਉਂਦੇ ਨੇ, ਇੱਕ ਛੇਜਾ ਸੀ ਉਹਦੇ ਉੱਤੇ ਡੋਗਰਿਆਂ ਨੇ ਕਿਹਾ ਵੀ ਇਹਦੇ ਇੱਟਾਂ ਬੱਚੇ ਲਾ ਦਿਓ ਆਪਾਂ ਪਰਾਂ ਹੋ ਜਾਵਾਂਗੇ। ਜਦ ਨੌ ਨਿਹਾਲ ਸਿੰਘ ਆਇਆ ਧੱਕਾ ਦੇ ਦਿਓ ਪਿੱਛੇ ਬੰਦੇ ਬਿਠਾ 'ਤੇ, ਉਹ ਛੇਜਾ ਸੁੱਟਤਾ। ਅਜੇ ਸੱਟਾਂ ਨੌ ਨਿਹਾਲ ਦੇ ਉਨੀਆਂ ਨਹੀਂ ਲੱਗੀਆਂ ਸੀ, ਡੋਗਰਿਆਂ ਨੇ ਅੱਖ ਬਚਾ ਕੇ ਚੱਕ ਲਿਆ ਵੀ ਕਿਤੇ ਬਚ ਨਾ ਜਾ ਵੀ ਅੰਦਰ ਲੈ ਗਏ ਜਿਹੜਾ ਉੱਥੇ ਨੇੜੇ ਕਮਰਾ ਸੀ। ਦੇਖਿਆ ਵੀ ਹੋਸ਼ ਨੇ ਕਿਵੇਂ ਦੇ, ਉਹਦੇ ਪੱਥਰਾਂ ਦੇ ਬੱਟੇ ਮਾਰ ਮਾਰ ਕੇ ਨੌ ਨਿਹਾਲ ਸਿੰਘ ਦੀ ਮੌਤ ਕੀਤੀ। ਹਾਲਾਂਕਿ ਨੌ ਨਿਹਾਲ ਦੀ ਮਾਂ ਚੰਦ ਕੌਰ ਤੇ ਉਹਦੀ ਧਰਮ ਪਤਨੀ ਸ਼ਿਆਮ ਸਿੰਘ ਅਟਾਰੀ ਦੀ ਪੁੱਤਰੀ ਉਹ ਗੇਟ 'ਤੇ ਟੱਕਰਾਂ ਮਾਰੀਆਂ ਨੇ, ਉਹ ਜਾਲਮੋ ਗੇਟ ਖੋਲੋ ਕਿਉਂ ਛਪਾਉਂਦੇ ਚੰਦ। ਨੌ ਨਿਹਾਲ ਸਿੰਘ ਨੂੰ ਪੱਥਰ ਮਾਰ ਮਾਰ ਕੇ ਫਿਰ ਲਿਆ ਕੇ ਮੂਹਰੇ ਕਰਤਾ ਵੀ ਬੀਬੀ ਜੀ ਤਾਂ ਖਤਮ ਹੋ ਗਿਆ। ਉਹ ਆਖੇ ਚਲੋ ਹੋ ਗਿਆ। ਫਿਰ ਰਾਣੀ ਚੰਦ ਕੌਰ ਨੂੰ ਰਾਣੀ ਬਣਾਤਾ, ਨੌ ਨਿਹਾਲ ਦੀ ਮਾਤਾ ਨੂੰ। ਸਿਰਫ 2 ਮਹੀਨੇ ਉਹ ਰਹੇ ਗੱਦੀ 'ਤੇ। ਉੱਥੇ ਇਲਜ਼ਾਮ ਲਾਤਾ ਅੰਗਰੇਜ਼ਾਂ ਦੀ ਜੰਗ ਲੱਗੀ ਸੀ ਵੀ ਇਹਨੇ ਬਰੂਦ ਦੀ ਥਾਂ ਸਰੋਂ ਭਰਤੀ, ਉਹ ਵੀ ਲਾਤੀ। ਉਹ ਤੋਂ ਬਾਅਦ ਸਰਦਾਰ ਸ਼ੇਰ ਸਿੰਘ ਜੀ ਛੋਟਾ ਪੁੱਤਰ ਸੀ ਰਾਜੇ ਦਾ, ਉਹ ਗੱਦੀ 'ਤੇ ਬਿਠਾਤਾ। ਜਾਣੀ ਸਾਰਾ ਹੀ ਮਾਮਲਾ 3.5 ਸਾਲਾਂ 'ਚ ਖਤਮ ਹੋ ਗਿਆ। ਸ਼ੇਰ ਸਿੰਘ ਨੇ 2.5 ਸਾਲ ਰਾਜ ਕੀਤਾ। ਇੱਕ ਸੰਧਾ ਵਾਲੀਏ ਸੀ, ਉਹਨਾਂ ਨੇ ਐਨ ਤਖ਼ਤ 'ਤੇ ਬੈਠੇ ਦੀ ਛਾਤੀ 'ਚ ਗੋਲੀ ਮਾਰੀ, ਕੋਲੇ ਧਿਆਨ ਸਿੰਘ ਡੋਗਰਾ ਸੀ ਨਾਲੇ ਉਹਦੇ ਮਾਰੀ, ਦੋਵੇਂ ਚਖਾਤੇ ਚਾੜਤੇ, ਮੁੱਕ ਗਿਆ ਸਮਾਨ ਸਾਰਾ। ਸਿਰਫ 5 ਸਾਲ ਦਾ 1843 ਨੂੰ ਦਲੀਪ ਸਿੰਘ ਰਹਿ ਗਿਆ ਛੋਟਾ ਪੁੱਤਰ, ਇੱਕੋ ਹੀ ਨਿਸ਼ਾਨੀ ਜਿੰਦਾ ਦਾ ਦੀਪਕ। ਇਕੱਠੇ ਹੋ ਕੇ ਸਾਰੇ ਵਜ਼ੀਰ ਅਹਿਲਕਾਰ ਕਹਿੰਦੇ ਜਿੰਦਾ ਆ ਦਲੀਪ ਸਿੰਘ ਨੂੰ ਤਖ਼ਤ 'ਤੇ ਬਿਠਾ ਦੇ। ਉਹ ਆਦੀ ਅਹਿਲਕਾਰੋ ਹੁਕਮਰਾਨੋ
जे मैं तखते बिठाता मेरे पुत्र की मौत आजूगी बिठाओ ना। ओ आते राज दा मालिक ता तू रहेगी, असी कसमा खाने तेरे पैरोकार, तू यो ना कर। ओनू फिर तखते बिठाता। 5 साल दे नू 1843 च राजा रणजीत सिंह दा छोटा पुत्र दलीप गद्दी दा मालिक बनाता। राणी जिंदा शिंगारिया करे, पुत्र नू टिक्का मस्तक ते लाया करे, कलंगी रखिया करे, जिदे विच कोहे लूर हीरा सजदा हुंदा सी ओ ताज च पाया होया। फिर बग्गी च बिठा के राणी जिंदा नू दरबार नू तोड़े, नाले मगरों दिल धड़की जावे ते चला जा गया मेरा पुत्र आऊगा। ऐडी हस्तियां जिहड़ी राणी जिंदा नू रणजीत सिंह महबूब कहिंदा हुंदा आपदा, ओ विदा फिर कालजा धड़कदा पुत्र मुड़ के भी आजू। आओ वे प्यारे कविता सुनो, इत्थे इतिहास चालू हुंदा है। महान शक्ति राजा रणजीत सिंह दा छोटा पुत्र सरदार दलीप सिंह जी नू 5 साल दे नू लाहौर दी गद्दी दा तख्त दे के जिवें उहना हुक्मराना ने बिठाया ते राणी जिंदा तड़फ रही है। वह कहती है चारे पासे पंजाब की धरती ते बलैती बिल्ले गोरे, दिल्ली च हुकूमत आ गई सी अंग्रेजा की, पंजाब च नहीं बढ़न दते सी भी शायद साढ़े ते उन्हां दी भैड़ी नजर है। राणी जिंदा अपने पुत्र दलीप सिंह नूं सजा के गद्दी नूं तोरे, नाले बचारा करे मेरा बनूगा की ये जहाज बनने लगू क ना, जिंदा दे बचार यूं हुंदे सी। बैठ गया दलीप सिंह तख्त तो लाहौर दे दे, बैठ गया दलीप सिंह तख्त तो लाहौर दे दे, 5 साल बाल कासी उमर निधान दा, नौ निहाल सिंह ते खड़ग सिंह शेर सिंह, नौ निहाल सिंह ते खड़ग सिंह शेर सिंह, हो गए शिकार सारे डोगरां दी टाणी दा। जिंद कौर राणी जिंदी जान रणजीत दी सी, जिंद कौर राणी जिंदी जान रणजीत दी सी, डामाडोल हो गया दिमाग महाराणी दा। छोटी जी ने गल राजा गद्दी नो चलाउण वाले, छोटी जी ने गल राजा गद्दी नो चलाउण वाले, ताकत लाहौर बूटा सेजल कमाणी दा। चारे पासे बैठे ने पंजाब च बलैती बिल्ले, चारे पासे बैठे ने पंजाब च बलैती बिल्ले, चपटा चलाउंदे पेट रख दे कहानी दा। दिल्ली बैसराए दियां हर नजरां पंजाब उत्ते, दिल्ली बैसराए दियां नजरां पंजाब उत्ते, सोने दी चिड़ी दे उत्ते नित जाल ताणी दा। केली गमाने जिंदा पुत्र जतीम हो गया, केली गमाने जिंदा पुत्र जतीम हो गया, औखा ही जहाज बनने लगू डुब जानी दा। औखा दे गया साथी कहिंदी जिहदी महबूबा सी मैं, धोखा दे गया साथी कहिंदी जिहदी महबूबा सी मैं, जिथे सी पराड़ा नित दुद्धों पानी छाणी दा। राज दी गद्दी ते ता पुत बह गया, खुशी चाहिंदी सी। एडा लाहौर दा तख्त जिनू अज तक भी लोग गल्लां करदे ने, लाहौर दे तख्त दियां, सारे भारत विचों पंजाब एक सोने दी चिड़ी है, योधियां दा वतन है, कलगी वाले गुरु दा देश है। एडा राजा 5 साल दा जवाक तख्त ते बह गया, हुण आ रहे सी कलगी वाले दे बचन। कहिंदे ने गोरिया ने फिर दिल्ली तो आके पानीपत के नेड़े युद्ध ला लिया, खंडा भी खड़कना शुरू हो गया। जब जंग युद्ध लगन लगे खालसे की सेना जावे ते डोगरे उन्हें खत्म करने सोचन, सत जेड़े ना खुशहाल सिंह, ध्यान सिंह, दिलबाग सिंह, ये ब्राह्मण सी डोगरे सत, इन्हों के हथ में आई हुई सी कमान, इन्होंने वो चीजा पेश कीतिया भी खालसे की हार छेती हो गए। इधरों फिर आखिरी जंग यानी 1845 च आ जेड़े ना आप जाइए जे मखूल
मखू चो अगे बंगाली पोल आ हरी के पत्तन दे उरली साइड उतो थले सभरावां दी जंग होई है लास्ट सभरावां दी जंग विच राणी जिंदा सी राज दी सरबरा उन्हें श्याम सिंह अटारी नू परचा लिखा भी श्याम सिंह मैं जिंद कौरे परचा लिख रही हूं तू गुरु का सिख है तू राजा रणजीत सिंह दा पक्षी है हुण साडा बेड़ा डामा डोल है तू आ जा नाले श्याम सिंह अटारी नू पता सी मैं हारूंगा मेरी मौत भी होगी मेरी जित भी होंगी नहीं साढ़े सिर से कमांडर भी कोई नहीं पर सिर तली से धर के सभरावां की जंग विच श्याम सिंह अटारी भी आ उतरिया भी जंग च मौत होगी जब ओदी मौत हुई फिर जेड़ा गुलाब सिंह सी जेड़ा राजा रणजीत सिंह का धुन ला के पक्षी भी सी ते ओ गुलाब सिंह दलीप सिंह नू लियांदा ते आउंदा जांदा साथ दिंदा सी ओ गुलाब सिंह राणी जिंदा नू कहिंदा कहिंदा हुण आपां फेल हो गए ओ वादी क्यों कहिंदा श्याम सिंह अटारी भी मारिया गया चंगा सिंह जंगी जरनैल कोई नहीं रहा खालसे दियां कमानां डिग पईआं सत्थर बिछ गए थां थां ओ जिंदा नू कहिंदा इक कम कर ओ वादी दस कहिंदा हुक्म तां चलू तेरा जेड़े अंग्रेज है ना दिल्ली ते तां बैंसराए है ते इत्थे रेजीडेंट लारेंस लाहौर दे नेड़े तेड़े अंग्रेजां दी सेना दा कमांडर है रेजीडेंट लारेंस नू मैं जिहड़ा बच्चा है ना दलीप सिंह 7 साल दा इनू ले जा उनू कहा रेजीडेंट नू भई इह राजा इक बच्चा है तू रहम कर साडे ते चढ़ाई ना कर जे शायद आपां नू बख्श देण राणी जिंदा कहिंदी भी मेरे पुत्र दी जान बचनी चाहिंदी है राज दी भी लोड़ नहीं पर जाओ उहदे नाल सुलाह कर लो ਲੈ ਕੇ ਨਾ ਫਿਰ ਗੁਲਾਬ ਸਿੰਘ 7 ਸਾਲ ਦੇ ਦਲੀਪ ਸਿੰਘ ਨੂੰ ਰੈਜੀਡੈਂਟ ਨੂੰ ਜਾ ਕੇ ਮਿਲਿਆ ਉਹ ਸਤਲੁਜ ਦਰਿਆ ਦੇ ਕੰਢੇ ਤੇ ਜਿੱਥੇ ਸੈਨਾਪਤੀ ਬੈਠਾ ਸੀ ਉਹਨੇ ਸੁਨੇਹਾ ਘੱਲਿਆ ਵੀ ਮੈਂ ਬਈ ਗੁਲਾਬ ਸਿੰਘ ਤੇ ਰਣਜੀਤ ਸਿੰਘ ਦਾ ਪੁੱਤਰ ਦਲੀਪ ਸਿੰਘ ਤੇਰੀ ਸ਼ਰਨ ਲੈਣ ਵਾਸਤੇ ਆ ਰਿਹਾ ਉਹ ਰੈਜੀਡੈਂਟ ਲਾਰੈਂਸ ਨੇ ਤਾਰ ਦਿੱਲੀ ਨੂੰ ਘੱਲੀ ਇਹ ਹਨ ਜੇ ਮੁੱਢੇ ਬੇਈਮਾਨ ਅੰਦਰੋਂ ਉੱਤੋਂ ਚਿੱਟੇ ਅੰਦਰੋਂ ਕਾਲੇ ਉਹ ਕਹਿੰਦੇ ਮੌਕਾ ਆ ਗਿਆ ਉਹਨੂੰ ਪਕੜ ਲਓ ਰੈਜੀਡੈਂਟ ਲਾਰੈਂਸ ਕਹਿੰਦਾ ਗੁਲਾਬ ਸਿੰਘ ਨੂੰ ਕਹਿੰਦਾ ਇਉਂ ਕਰ ਅਸੀਂ ਇਹਦੇ ਤੇ ਵਾਰ ਨਹੀਂ ਕਰਦੇ ਰਾਜਾ ਤਾਂ ਰਹੂਗਾ ਲਾਹੌਰ ਦਾ ਦਲੀਪ ਜਿੱਦੇ ਹੋ ਗਿਆ 16 ਸਾਲ ਦਾ ਅਸੀਂ ਦੇ ਲਾਂਗੇ ਇਹਨੂੰ ਰਾਜ ਗੱਦੀ ਤੇ ਬਿਠਾ ਦਿਆਂਗੇ 16 ਸਾਲ ਤੱਕ ਹੁਣ 7 ਸਾਲ ਦਾ ਅਸੀਂ ਇਹਦੀ ਪ੍ਰਵਸਤ ਕਰਾਂਗੇ ਇਹਨੂੰ ਜਵਾਨ ਕਰਾਂਗੇ ਰਾਜ ਦੀ ਰਾਖੀ ਕਰਾਂਗੇ ਪਰ ਜਿੰਨੀ ਕਮਾਂਡ ਹੈ ਲਾਹੌਰ ਦੀ ਉਹ ਸਾਰੀ ਅਸੀਂ ਗੋਰੇ ਸਾਂਭਾਂਗੇ ਉਹ ਕਹਿੰਦੇ ਵੀ ਠੀਕ ਹੈ ਜੇ ਤੁਸੀਂ ਇੰਨੀ ਕਿਰਪਾ ਕਰਦੇ ਹੋ ਰਾਜਾ ਤਾਂ ਰਹੂਗਾ ਦਲੀਪ ਤਾਜ ਰਹੂ ਇਹਦੇ ਤੇ ਇਹਨੂੰ ਪੜ੍ਹਾਓਗੇ ਜਵਾਨ ਕਰੋਗੇ ਪਾਲੋਗੇ ਫਿਰ ਇਹਨੂੰ ਲਾਹੌਰ ਦੀ ਗੱਦੀ ਦਾ ਮਾਲਕ ਬਣਾਓਗੇ ਇੱਧਰ ਤੁਹਾਡਾ ਧੰਨਵਾਦ ਹੋਰ ਕੀ ਠੀਕ ਹੈ ਇਹ ਨਹੀਂ ਪਤਾ ਵੀ ਪਿੱਛੋਂ ਕਾਰਸ ਹੈ ਰਾਣੀ ਜਿੰਦਾ ਨਾਲ ਸਲਾਹ ਕੀਤੀ ਉਹਨਾਂ ਨੇ ਮੰਨ ਲਿਆ ਵੀ ਠੀਕ ਹੈ ਜੋ ਕੁਛ ਕਹਿੰਦੇ ਨੇ ਉਹ ਸਹੀ ਹੈ ਐਂ ਦੱਸਿਆ ਵੀ 46 ਵਿੱਚ ਗੋਰਿਆਂ ਨੇ ਆ ਕੇ ਲਾਹੌਰ ਦੇ ਤਖ਼ਤ ਤੇ ਪੈਰ ਧਰ ਲਿਆ ਫਿਰ ਮਨਸੂਬੇ ਗੁੰਦੇ ਉਹ ਆਦੇ ਐਂ ਕਰੋ ਵੀ ਦਲੀਪ ਸਿੰਘ ਨੂੰ ਤਾਂ ਪੜ੍ਹਨ ਬਿਠਾਓ ਰਾਣੀ ਜਿੰਦਾ ਨੂੰ ਉਹ ਕਹਿੰਦੇ ਇਹਨੂੰ 1.5 ਲੱਖ ਰੁਪਈਆ ਖਰਚੇ ਵਾਸਤੇ ਦਿਓ ਜਿੱਥੇ ਮਰਜ਼ੀ ਰਹੇ ਮਹਿਲਾਂ 'ਚ ਰਹੇ ਕਿਤੇ ਰਹੇ ਆਦੇ ਜੀ ਠੀਕ ਹੈ ਬਹੁਤ ਕਿਰਪਾ ਵੀ ਦਲੀਪ ਤਾਂ ਰਾਜਾ ਹੀ ਹੈ ਰਾਣੀ ਕੱਲੀ ਨੂੰ ਅੱਜ ਖਰਚਾ ਗੋਰੇ ਕਹਿੰਦੇ ਪ੍ਰਬੰਧ ਕਰਾਂਗੇ ਰਾਜ ਦਾ ਅਸੀਂ ਹੱਥਾਂ 'ਚ ਆ ਗਈ ਬਾਹਨਾ ਕੋ ਚੱਲੀ ਉਹ ਆਦੀ ਜੀ ਠੀਕ ਹੈ ਕਰੋ ਅੰਦਰਲੀ ਕਾਲਸ ਭਾਵੇਂ ਜਿੰਦਾ ਜਾਣਦੀ ਸੀ ਬਈ ਇਹ ਗੱਲ ਸਹੀ ਨਹੀਂ ਆਉਣੀ ਪਰ ਉਹ ਕਹਿੰਦੀ ਭੱਜ ਵੀ ਕਿੱਥੇ ਸਕਦੀਆਂ ਹੁਣ ਮੈਂ ਜੋ ਭਾਣਾ ਹੈ ਮੰਨਣਾ ਪਊਗਾ ਅੱਛਾ ਬਈ ਤੁਸੀਂ ਗੱਦੀ ਸਾਂਭੋ ਰੈਜੀਡੈਂਟ ਲਾਰੈਂਸ ਕਹਿੰਦਾ ਦਿੱਲੀ ਦੇ ਬੈਂਸਰਾਏ ਨੂੰ ਕਹਿੰਦੇ ਫਿਰ ਕੀ ਕਰੀਏ ਉਹ ਕਹਿੰਦਾ ਐਂ ਕਰੋ ਜਿੰਦਾ ਨੂੰ ਤਾਂ ਦਲੀਪ ਨੂੰ ਅਡੋਜ ਕਰੋ ਮਾਂ ਤੇ ਪੁੱਤ ਨੂੰ ਪਾੜੋ ਵਾਦੇ ਕਿੱਦਾਂ ਪਾੜੀਏ ਕਹਿੰਦੇ ਤੁਸੀਂ ਇਹ ਬਹਾਨਾ ਲਾਓ ਬੇ ਦਲੀਪ ਦੀ ਪੜ੍ਹਾਈ ਚ ਫਰਕ ਪੈਂਦਾ ਮਾਂ ਪੁੱਤ ਦਾ ਪਿਆਰ ਇਹੋ ਜਿਹਾ ਹੁੰਦਾ ਗੋਦੀ ਚ ਬਿਠਾ ਲੈਂਦੀ ਹੈ ਰਣਜੀਤ ਮਰ ਗਿਆ ਸਾਰਾ ਰਾਜ ਖੁਸ਼ ਗਿਆ ਬਰਬਾਦ ਹੋ ਗਿਆ ਤੂੰ ਇਹਨੂੰ ਗੋਦੀ ਚ ਬਿਠਾਈ ਰੱਖਦੀ ਹੈ ਪੜ੍ਹਨ ਦਿੰਦੀ ਨਹੀਂ ਜਿਸ ਕਰਕੇ ਤੂੰ ਲਾਹੌਰ ਚ ਨਾ ਰਹਿ ਉਹਨੂੰ ਸ਼ੇਖੂਪੁਰੇ ਦੇ ਕਿਲੇ ਚ ਲੈ ਜਾਓ ਤਕਰੀਬਨ 70 ਮੀਲ ਲਾਹੌਰ ਤੋਂ ਸ਼ੇਖੂਪੁਰੇ ਦਾ ਕਿਲਾ 1.5 ਲੱਖ ਦਾ ਖਰਚਾ ਦਿਓ ਕੋਈ ਇਤਰਾਜ ਨਹੀਂ ਦੇਖੋ ਜਾਲ ਗੋਰਿਆਂ ਦਾ
मंजूर कर लिया। राणी जिंदा ने सिर्फ इको ही छाल अपने पुत्र छाती नाल लाया। जब आ गई रेजीडेंट लाहौर को पार बैंसराए की बी कल सुबह 4 बजे बग्घी जिंदा ने बिल्डिंग च ला के उन्होंने फड़ के बग्घी च बिठा के उन्होंने शेखू पुले लै जाओ, उन्होंने रह ना दो लाहौर। और 16 साल किनू आए वो को सिख जथेदार आते हैं, गछम रम च हो रही है, ब्राह्मण पंडित आते हैं, तो यह पंजाब का अंदरों अंदरी तालमेल करती रहेगी। अब जब दलीप सिंह 16 साल का है उसके पहला पहला तो इन्हें खंडा खड़का शुरू कर देने पड़े। देखो बई जालमां की चाल। 4 बजे महलों च दलीप सिंह मां की बुकल च पिया सुता, गोरियां की बग्घी आ गई रंगले महल के अगे, आवाज देता जिंदा हाजिर हो जाए। बांधिया गई राणी जिंदा जपजी साहब के पाठ में बैठी सी, दलीप पलंग से सुता पे, तो जाके बांधिया ने कहा बे बीबी जिंदा तेन बाहर बग्घी च रेजीडेंट ला रहे, कुछ गोरे विचार करने वास्ते बुला रहे ने। राणी जिंदा भी भजांगी भी कितने, कोई गल नहीं। दलीप नहीं जगाया, सुते पिया पालने च 7 साल का, सवा 7.5 साल का। अभी उन्हें लैन दे नाले तो पीछा देख रही है पुता हो पे नाले मन में खड़क है मैंने बुलाया क्यों। जब गेट से आई रेजीडेंट लारेंस उन्हें सलूट किया राणी जिंदा ने, बीबी जी अवधि च बैठे इशारा करता। और अभी गल की वह कहेंगे तेरे ते एक फतवा लगे तू कर लिया पुत का ज्यादा लाड, पढ़ाई च पाया फर्क, जथेदार मंडलियां आदियां ने तेरे महलों च, तेरे चलते ने रोज मनसूबे, दलीप की पढ़ाई च फर्क पैंदा, तेरा 1.5 लाख तेन मिल जा करो, तेन शेखू पुरे जान का उठी है। राणी जिंदा जानगी भी भाणा था बरस गया। वो आदि 2 मिनट रुक जाओ, मैं मेरे पुत्र दलीप में उठा के छाती में ला के जांदी मार दा प्यार पा कर जा, वादे गेटो अंदर पैर नहीं करना थे। आए हाय जी कदे महबूब कह के राजा रणजीत सिंह बुलाउंदा हुंदा उन्हां महलां दे अंदर पैर धरन दा आर्डर नहीं होया। भुजा फड़ी ते बग्घी च बिठा ली, वो जांदी होया दी आओ गोरे जालमो अजू तो हम मेरी मौत तो होगी, शिखर दुपहरे लांबू जाके ना साड़ो, ये बेईमाना ना करो। वो जद मैं मेरे पुत्र दलीप का मूंह ना देखे मैं तो तड़फ तड़फ के मर जागी, होर मेरा साथी कोई नहीं, ना मेरे पुत्र का साथी है, पछोड़ा ना पाओ, ये जुल्म ना करो। राणी जिंदा नाले तो बहाली जालमा ने बग्घी विच नाले तुरन लगी, भला भी ढाणा मार के लाहौर दिया कंधा के पिछ दी कीर ने डामा डोल धरती अमरों दिया बचारा तो हे यो होंदे सी। 4 बजे तड़के जिंदा सुती पई उठाई, ओ जाहल गोरे ने फड़के बग्घी बिच बहाई, ता मारी जिंदा ने तेरा डिग पई गश खा के, ना साड़ो जिंदा ना लमो सिखर दपारे ला के, मैं जल्दी बार दिया कला कुमर लाल दो गल्ला, मुखड़े नो चुमलमा मुखड़े नो चुमलमा, वे मैं सीने दे नर ला के, ना सारो जिंदा नो लमो सिर दपारे ला के, जादे गहरी नींदर चो उठी पुत लाडला मेरा, मां नजरी आनी नी बैठा देखू चार चुफेरा, मां पुत दिया सदरा सारा तेल मिट्टी दा पाके, ना सारो जिंदा ना लंबो सिखर दपारे ला के, पकर हर
ਸਾੜੋ ਜੰਦਾ ਨਾ ਨਮੋ ਸਿਖਰ ਗਬਾਰੇ ਲਾ ਕੇ ਖਾਨਾ ਸਿੱਖ ਰਾਜ ਦੀਆਂ ਲਲੂਏ ਚਾਹੇ ਯਾਦ ਭੈ ਆਉਂਦੇ ਮਹਿਬੂਬ ਉਹਨਾਂ ਦੀ ਮੈਂ ਜਿਹੜੇ ਅਟਕਾਂ ਨੂੰ ਅਟਕਾਉਂਦੇ ਸੀਨੇ ਨਾਲ ਲਾ ਦੇਵੇ ਸੀਨੇ ਨਾਲ ਲਾ ਦੇਵੇ ਮੇਰਾ ਲਾਉ ਦਲੀਪ ਜਗਾ ਕੇ ਨਾ ਸਾੜੋ ਜਿੰਦਾ ਨਾ ਲੰਬੋ ਸਿਖਰ ਦੁਪਾਰੇ ਲਾ ਕੇ ਕੁਦਰਤ ਦੀ ਡੋਲ ਗਈ ਹਿਜਰੀ ਭਾਂਬੜ ਅੰਬਰੀ ਛੜ ਗਏ ਖੰਡਾਂ ਦੀ ਕੰਬ ਗਿਆ ਉਹਨਾਂ ਵਿੱਚ ਕੀਲ ਨੇ ਵੜ ਗਏ ਗਮ ਨੱਕ ਦਰਦ ਦਿਲ ਹੈ ਗਮ ਨੱਕ ਦਰਦ ਦਿਲ ਹੈ ਇਹ ਇਤਿਹਾਸ ਬਰਾੜ ਰਚਾ ਕੇ ਨਾ ਸਾੜੋ ਜਿੰਦਾ ਨਾ ਲੰਬੋ ਸਿਖਰ ਦੁਪਾਰੇ ਲਾ ਕੇ ਨਾ ਸਾੜੋ ਜਿੰਦਾ ਨਾ ਲੰਬੋ ਸਿਖਰ ਦੁਪਾਰੇ ਲਾ ਕੇ ਇੱਥੋਂ ਰਾਜਾ ਰਣਜੀਤ ਸਿੰਘ ਦੀ ਕੁਰਬਾਨੀ ਦਿਲ ਤੋਂ ਆਉਂਦੀ ਹੈ। ਉਹਨੂੰ ਪਤਾ ਸੀ ਕਲਗੀ ਬਾਰੇ ਗੁਰੂ ਦਾ ਲਿਖਿਆ ਜੋ ਸਾਡਾ ਨੀਂਹ ਪੱਥਰ ਰੱਖੂ ਬੰਸ ਨੇ ਉਹ ਪਰ ਉਹਨੇ ਨਿਸ਼ਾਵਰ ਕਰਤਾ ਔਰ ਉਹ ਜਿੰਦਾ ਜਿਹਨੂੰ ਮਲਕਾਂ ਹੁਸ਼ਨ ਦੀ ਮਲਕਾਂ ਆਉਂਦੇ ਸੀ ਸੂਰਜ ਵੀ ਸ਼ਰਮਾਉਂਦਾ ਸੀ ਝਲਕਣਾ ਝੱਲੀ ਜਾਂਦੀ ਘੋੜ ਸਵਾਰ ਸੀ ਖੰਡਾ ਬਹੁਣ ਜਾਣਦੀ ਸੀ ਸਰਦਾਰ ਮੰਨਾ ਸਿੰਘ ਦੀ ਪੁੱਤਰੀ ਅੰਮ੍ਰਿਤਧਾਰੀ ਬੱਜਰ ਵਰਗਾ ਸਰੀਰ ਅੱਜ ਮਜ਼ਬੂਰ ਹੋ ਕੇ ਜਿਵੇਂ ਸਯਾਦ ਕਿਸੇ ਬੁਲਬੁਲ ਨੂੰ ਫੜ ਕੇ ਪਿੰਜਰੇ 'ਚ ਪਾ ਲੈਂਦੇ ਹੈ ਐਂ ਪਾ ਲਈ ਇਹ ਠੀਕ ਹੈ ਬਈ ਜਿਹੜਾ ਸਿੱਖ ਇਤਿਹਾਸ ਹੈ ਇਹ ਵਾਕਈ ਦਰਦਨਾਕ ਹੈ ਖਤਰਨਾਕ ਹੈ। ਮੈਂ ਸੱਚ ਮੰਨੋ ਦੇ ਨੂੰ ਲਿਖਦਾ ਸੀ ਨਾ ਕਦੇ ਕਦੇ ਦੋ ਦੋ ਘੰਟੇ ਮੈਂ ਕਲਮ ਨਾ ਚੱਕਦਾ ਹੋਸ਼ ਨਾ ਮੇਰੇ ਟਿਕਾਣੇ 'ਚ ਕਹਿੰਦੀ ਵੀ ਕੀ ਲਿਖਾਂ ਫਿਰ ਅੱਜ ਵੀ ਸਿੱਖ ਦੁਨੀਆਂ ਦੀ ਯਾਦ ਆਉਂਦੀ ਵੀ ਕਲੰਗੀ ਵਾਲੇ ਗੁਰੂ ਨੇ ਖਾਲਸਾ ਕਿਹਾ ਜਿਹਾ ਸਾਜਿਆ ਸੀ ਅੱਜ ਖਾਲਸਾ ਕਿਹਾ ਜਿਹਾ ਬਣ ਗਿਆ ਜਿਹੜੀਆਂ ਰਾਜਾ ਰਣਜੀਤ ਸਿੰਘ ਦੀਆਂ ਹਰੀ ਸਿੰਘ ਨਲੂਏ ਦੀਆਂ ਸ਼ਾਮ ਸਿੰਘ ਅਟਾਰੀ ਦੀਆਂ ਪੇਡਾਂ ਬਾਹੀਆਂ ਅਕਾਲੀ ਫੁੱਲਾ ਸਿੰਘ ਦੀਆਂ ਉਹ ਤਾਂ ਭੁੱਲ ਗਏ ਨਾ ਸਾਰੀਆਂ ਤਕਰੀਬਨ ਝੋਲੀ ਬੰਨ ਰੱਖੇ ਵੀ ਜਿੰਨੀ ਮਾਇਆ ਇਕੱਠੀ ਹੋ ਜਾਵੇ ਚੰਗੀ ਹੈ ਮੁੜ ਕੇ ਕਿਹੜਾ ਕਿਸੇ ਨੇ ਨੇੜੇ ਲੱਗਣ ਦਿੰਦੇ ਹਾਂ। ਇੱਕ ਗੱਲ ਬੜੀ ਮਹਿੰਗੀ ਹੈ ਅੱਜ ਰਾਜਾ ਰਣਜੀਤ ਸਿੰਘ ਤੋਂ ਇੱਕ ਗਲਤੀ ਹੋ ਗਈ ਸੀ ਮਾਫ ਕਰਨਾ ਭਾਵੇਂ ਤਾਂ ਰਾਜਾ ਸਮਝ ਲਓ ਭਾਵੇਂ ਰਾਗ ਦਾ ਸ਼ੌਕੀਨ ਸਮਝ ਲਓ ਉਹਨੂੰ ਇਹ ਨਹੀਂ ਸਮਝ ਆਈ ਇੱਕ ਰਾਗ ਗਾਉਣ ਵਾਲੀ ਕੰਚਨੀ ਹੁੰਦੀ ਉਹਦਾ ਨਾਂ ਸੀ ਬੀਬੀ ਮੋਹਰਾ ਮੋਹਰਾ ਉਹਦੇ ਵਿੱਚ ਰਾਗ ਦੀ ਇੰਨੀ ਕਲਾ ਸੀ ਤੇ ਨਾਚ ਦੀ ਨਿਰਤ ਦੀ ਪੱਥਰਾਂ ਨੂੰ ਪਾਣੀ ਬਣਾ ਦਿੰਦੀ ਰਾਜਾ ਰਣਜੀਤ ਸਿੰਘ ਦਾ ਨਾਚ ਉਹਦਾ ਰਾਗ ਬੜਾ ਸੁਣਦਾ ਤੇ ਹਰੀ ਸਿੰਘ ਨਲੂਆ ਅਕਾਲੀ ਫੁੱਲਾ ਸਿੰਘ ਇਹ ਕਦਰਾ ਗਏ ਅਰੇ ਅੰਮ੍ਰਿਤਧਾਰੀ ਸਿੱਖ ਹੋਵੇ ਗੁਰੂ ਕਾ ਚਿੱਟਾ ਦਾੜਾ ਹੋਵੇ ਪੰਜੇ ਕੱਟੇ ਹੋਣ ਬੇਸਰਾ ਦਾ ਨਾਚ ਇਹ ਤਾਂ ਜਿਵੇਂ ਬਰੂਜ ਨੂੰ ਅੱਗ ਲਾਉਣਾ ਇਉਂ ਹੈ ਅੱਜ ਇਉਂ ਕਰੋ ਉਹਨਾਂ ਦਿਨਾਂ 'ਚ ਅਕਾਲੀ ਫੁੱਲਾ ਸਿੰਘ ਅੰਮ੍ਰਿਤਸਰ ਸਾਹਿਬ ਦਾ ਜਥੇਦਾਰ ਸੀ ਵੱਡਾ ਅਕਾਲ ਤਖਤ ਦਾ ਰਾਜਾ ਮੇਰਾ ਹੁਕਮ ਹੈ ਮੇਰੇ ਪੇਸ਼ ਕਰੋ ਫੜ ਕੇ ਉਹਨੂੰ ਹੋਰ ਹੈ ਕੋਚੀ ਗੱਲ ਭਾਵੇਂ ਸੰਸਾਰ ਦਾ ਕੋਈ ਰਾਜਾ ਹੈ ਜਦ ਉਹ ਰਾਜਾ ਹੈ ਮਾਲਕ ਹੈ ਉਹਦੇ ਉੱਤੇ ਕੋਈ ਅਦਾਲਤ ਨਹੀਂ ਹੋਰ ਜੇ ਸਾਡਾ ਸਿੱਖ ਬਲਡ ਦਾ ਰਾਜਾ ਵੀ ਹੋਵੇ ਬਲਡ ਦਾ ਸਾਰੀ ਧਰਤੀ ਦਾ ਰਾਜਾ ਹੋਵੇ ਉਹਦੇ ਉੱਤੇ ਵੀ ਅਦਾਲਤ ਗੁਰੂ ਗ੍ਰੰਥ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਅੱਗੇ ਬੜੀ ਹੈ ਉਹਦੇ ਥੱਲੇ ਹੈ ਉਹ ਹੁਕਮ ਲਿਖਦਾ ਕੀ ਨੇ ਅਕਾਲੀ ਫੁੱਲਾ ਸਿੰਘ ਨੇ ਮੈਂ ਜਥੇਦਾਰ ਸਾਹਿਬ ਲਿਖਦਾ ਰਣਜੀਤ ਮੇਰੇ ਤਖ਼ਤ ਤੇ ਪੇਸ਼ ਹੋਏ ਕਹਿੰਦੇ ਅਸੀਂ ਨਹੀਂ ਕਿਹਾ ਮੈਂ ਜਥੇ ਕੌਣ ਹੈ ਹੱਥ ਬੰਨ ਕੇ ਅਕਾਲ ਤਖ਼ਤ ਤੇ ਰਣਜੀਤ ਸਿੰਘ ਰਾਜਾ ਪੇਸ਼ ਹੋਇਆ ਅਕਾਲੀ ਬੈਠਾ ਤਖ਼ਤ ਤੇ ਅਕਾਲ ਤਖ਼ਤ ਤੇ ਅਕਾਲੀ ਫੁੱਲਾ ਸਿੰਘ ਰਣਜੀਤ ਸਿੰਘ ਖੜਾ ਥੱਲੇ ਜਿਹਨਾਂ ਮੁਰਜਮ ਖੜਾ ਹੁੰਦਾ ਕਚਹਿਰੀ 'ਚ ਅਦਾ ਜੀ ਕੀ ਹੁਕਮ ਹੈ ਕਹਿੰਦਾ ਹੁਕਮ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਦੀ ਕਲਗੀ ਵਾਲੇ ਗੁਰੂ ਜੀ
जड़ी मर्जाद है उसका तेरे से कानून यह है तेरे पंज बैंटा वजन गियां पंज बैंटा ता तेरे ते दोष लहू रणजीत सिंह ने जी मारो एक बैंट बंदे दी हड्डियां पच जांदी तिन च तां मौत हुंदी खड्डी खान दी बैंटा दा एडा हुक्म सी सख्त कहिंदे औं करो ते टप्पे नचे ना भज्जे भुज्जे ना थमले ना बन लो ला के ना रस्से थमले ना ला के राजा रणजीत सिंह ने लूट लिया थम ला था बैत लियांदी लाओ जे बैंटो कहिंदे हथ जोड़ी खड़ा तो लाओ जी मेरा दोष मेरी गलती इतनी खत्म हो जाए दरगाह में खबर है किन्ने के संस्कार भेड़े बन गए थे मैं मुकाओ कहते जब ना बैठ की तैयारी हुई सारे अकाल तख्त के जथेदारा ने गुरमुखा ने फिर अकाली फूला सिंह जी ने कहा महाराज जरा बंदा गुनाह मन जे सजा में तैयार हो जाए और अभी सजा का भुगत कह ने राजे वाला कमांड नहीं दिखाया है पानी है बैंटा दो नहीं झलनिया हड पट दूगी बज गई बैंत बज गई है जे कानून के मुताबिक बरी कर दो अकाल तख्त का जथेदार अकाली फूला सिंह कहना जे मुड़के ना बेसवा का राग कद सुने या नाच वेखे फिर नहीं बरी करा एक बारी च बरी है माफ किया अदालत का मालिक राजा रणजीत सिंह जिनी जिंदा महबूब घोड़ सवार पंजे कक्या की पूरी जिनी पुत पछोड़ रहे हैं गरीब तो सुत्या पे अंदर जगा के बुकल च बना लै सकी जेडे जिंदा राणी दे दूजे उहदे पुत्रां समान सी खड़ग सिंह शेर सिंह और पोतिया समान नौ निहाल सिंह सब छावां सिख राज दीआं खत्म हो गईआं मुक गया उत्तों कल्ली इक मां इक पुत राज हवाले गोरियां दे ते बगी च बिठा ली डेढ़ लख कहा होया सी देवांगे वो तो किहड़ा देना सी उहनूं उत्थे जाके बंद करता इधर दलीप जागे बड़े होशियार सी गोरे दलीप ने समझाया बेटा तेरी पढ़ाई च पैंदा सी फर्क तेनों 16 साल तक साडी जिम्मेदारी है तेरी मां ने जथेदार जथेदारां दा कमांडर बना के वो शेखूपुरे भेजती उहनूं माया मिलू जथेदारां ते कंट्रोल करूं तुहाडे राज दीआं शामां सामू इत्थे तेरी पढ़ाई च फर्क पैण करके तेरी माता ने असी बड्डियां च बिठा के शेखूपुरे भेजता वो ऐन पूर्ण आनंद च बच्चा सी 7 साल के जवाक नूं जिद्दां मर्जी प्रेर लो भावें रोया रिंगिया मां कहा कुछ कहा थोड़े जी होर आपां विचारां विच उतरीए रेजीडेंट लारेंस तां लाहौर दा कमांडर सी जेड़ा सी मिस्टर लागन ते लेडी लागन उन्हें दोहां नूं दलीप दी बागडोर समाती भी इहनूं ऐसा हसाओ खुश करो इहदे मां तां मां इहदी दुनिया ही भुला दो उहनूं फिर किसे खान पान दे विच भोरा ब्रांडी देती कुछ होर देता उहदे मुखड़े ते हस ही रहिण गोरियां दे नाच चालू करते पढ़ाइयां तां किहड़ियां सी उहदे दिल दे उत्ते 1% भी गम नहीं आउण दित्ता भी मेरी मां दूर चली गई कोई होश नहीं तेरे भी साडियां बरत की रही है उह लोभ नहीं सी राज मेरा इन्ना ही पता सी मेरे सिर ते ताज सी कोहलूर हीरा सी साडियां इहो जिहियां शामां सी ते उहनूं जिहड़े पढ़दे पढ़दे नूं सिर्फ 9 महीने होए आ एक होर घटना वापरी बहुत तकड़ी जब पता लग्या ना सिंघां नूं पंजाबी सूर पीरां नूं भी राणे जिंदां ते दलीप बिछोर ते इहनां दा बिछोड़ा पाता सिंघ आदे ते जाल मंगोड़े किहड़ा राज देणगे दलीप नूं खत्म करूंगे मां नूं वखरी खत्म करूंगे थां थां ते बखावे होने शुरू हो गए गोरे तुहाडी गलती है खास करके बहुता तूफान मचिया मुल्तान च मुल्तान के लोगों ने मुजहरे चालू करते उत्थे एक दिन गोरिया ने इजलास ला के कहा भी दलीप की पढ़ाई हो रही है जिंदा शेखूपुरे च राणी बनी बैठी है तो तुसी ये बगावत कदी कर दो
कभी एडे सूर में देखे देवियां ने उठ के दो अंग्रेजों के टुकड़े करके झले ना सके अपने गुस्से में। जब दो गोरे मौत के घाटे पारे नच भी लग गई, लंदन तक दिल्ली तक शोर पै गया, कहते राज भमा अपनी कब्जी है, पर पंजाबी देवियां ने अंग्रेजों से कटाबली शुरू करती, इहदा कोई सोच के हल कढो। उन्होंने राणी जिंदा से दोष लाया, कहिंदे इह जिहड़े केस जो होए ना साढ़े गोरे कतल, यह साजिश जिंदा कोलों चली है, इहदे कोल जथेदार जांदे आ, कोई रिपोर्ट सीएडी वी आई है, यह जिंदा ने कतल कराए। एक राणी जिंदा ने फिर वकील पेश किया गंगा राम, एक सी उस समय का राजा रणजीत सिंह का जनरल सरदार कान सिंह, ये दोवें गोरियां की अदालत में पेश हो, रेजिडेंट लारेंस दे आ गए, जिंदा का कोई कसूर नहीं, जिंदा बनता किले च, जिंदा ने कद गोरे मरवाने का उल्लेख किया, ये तुसी गलत ला रहे हो दोष। पता की होया, रेजिडेंट लारेंस ने नाले तो जनरल कान सिंह नाले वकील गंगा राम दोहां नूं फड़ लिया, दोहां नूं फड़ के मुश्किल देकर जेल च सुट्टा। होर ना कोई जिंदा का सरबराह उठे पखी, वह कहते यह करो इन दोहां नूं फांसी दो, ताकि पंजाब दे विचे सारिआं च बहस्त फैल जाए वी जिहड़ा राणी जिंदा दी या दलीप दी कोई सपोर्ट करूगा उहदा हल होगा। एन लाहौर के गेट से दरवाजे से फांसी गड के दोहां नूं फांसी लाई गोरिआं ने 1847 के तीजे महीने फांसी चाढ़ता दोहां नूं। मच पई अग पंजाब की, हुण कित्थे पावर कीती सी, सिख राज दीआं शामां तां खत्म हो गई, झंडे नेमे हो गए, कमानां डिग पईआं, नलिए वर्गे जरनैल छिप गए, श्याम सिंह अटारी अकाली फूला सिंह वर्गे नेमे नूं करने पै गए। कहिंदे उहनां दोहां दी मौत तो बाद रेजिडेंट लारेंस लाहौर नूं फिर बैसराए दिल्ली ने कहा भी ऐं करो राणी जिंदा शेखुपुरे तो कढ़ो, वादे की लगाई है कितने, कहते एक यूपी के पहले किनारे से काशीपुरी बनारस के नेड़े एक डंगा बहुत है, उसके उत्ते एक किला है चनार का, चनार किले का नाम है। उसे की हुंदा सी जिहड़े गवर्नमेंट के पक्षी या गवर्नमेंट के जाने खिलाफ लड़न वाले सियासी कैदी उन्होंने उत्थे छिड़े जाके पंजाबी ने चनार के किले च, उत्थे असूल की सी, उत्थे जे एक पाइया आटा है उस च एक छटाक लूण हुंदा वो खाण नूं, वध तो वध बंदा चार महीने तीन महीने कटदा, उहदे हड्ड खर जांदे आपे मौत हो जांदी। रेजिडेंट लारेंस नूं दिल्लियों हुक्म आया भी राणी जिंदा नूं बिठा के वह बनारस चनार की जेल च कैद करो, इन्हों खत्म हो जाए जल्दी ना रहे। आदि उदम शाम के 8-9 बजे बग्गी लाती गेट से बलाली जिंदा अंदरों, आओ राणी जी नाले के गौम की गोली है बलाले बग्गी च बैठो, आदि भावना बरसा दे लो कोई कितने ले जाओगे, वो कहते तेन ले जावे लाहौर शेखोपुर को, वो कहते मेरे पुत्र दलीप में मिलाओगे, और जो दलीप में भी मिलावे बखरा पत्ते में रखागे लाहौर जिंदा से बगी चढ़ गई। अभी चल जे मेरे पुत्र दलीप तो दूर भी रखे जिन्हों 7 महीने हो गए मेरी अखा तो दूर हो, जो मैंने उसका मूँह नहीं दिखू चाहते भी पिछता दिखूगी पुत्र के भांबड़ मच उठे प्यार दो बगी च रह गई। जड़ा शेखूपुर है 70 मील तकरीबन मैं देखा था नहीं कदे उसका एरिया दस दिया लाहौर तो, उन्होंने जो शेखूपुरे तो लाहौर में आइए तो राह कोई दरिया नहीं पैंदा, गोरिया ने दरिया पार करना सी सतलुज जरा जा रहे ना पाकिस्तान में, उन्हें सिर्फ शेखूपुरे तो 3 मील की बिथ से दरिया बहता सी सतलुज। रात का समय बड़ी च बिठा ली राणी जिंदा,
ਪਵਾਬੀ ਲਾਹੌਰ ਨੂੰ ਜਾਂਦੇ ਆ। ਤੇਰਾ ਰਾਹਾਂ ਦੀ ਭੇਤੀ ਸੀ, ਬੱਗੀ ਕਮਾਈ ਸਤਲੁਜ ਨੂੰ ਸਿੱਧੀ ਕਰ ਲਈ। ਰਾਣੀ ਦੇ ਭਾਬਾ ਜਾ ਰਹੀ ਆ ਲਾਹੌਰ, ਦਲੀਪ ਮਿਲੂ ਕੋਈ ਹੋਰ ਸਿੱਖ ਨਜ਼ਰੀ ਆਊ, ਬਾਂਦੀਆਂ ਮਿਲਣਗੀਆਂ, ਕੋਈ ਖਬਰਸਾਰ ਤਾਂ ਨਹੀਂ। ਜਦ ਨਾ ਸਿਰਫ 4 ਮੀਲ ਦਾ ਪੰਧ ਕੱਢ ਕੇ ਬੱਗੀਆਂ ਆਈਆਂ ਸਤਲੁਜ ਦਰਿਆ ਤੇ, ਉਹਨੇ ਦਰਿਆ ਦੀਆਂ ਛੱਲਾਂ ਵੇਖੀਆਂ, ਫਿਰ ਜਾਣਗੀ ਪਵਾਬੀ ਲਾਹੌਰ ਨਹੀਂ ਲਿਜਾ ਰਹੇ ਮੈਨੂੰ, ਕੋਈ ਬੇਈਮਾਨ ਹੈ। ਸ਼ੇਖੂਪੁਰ ਤੋਂ ਲਾਹੌਰ ਦੇ ਰਾਹ ਵਿੱਚ ਦਰਿਆ ਨਹੀਂ ਆਉਂਦਾ ਤਾਂ ਸਤਲੁਜ ਆ ਗਿਆ, ਵਿਖੜੀ ਧਰਤੀ ਆ ਗਈ। ਫਿਰ ਦਿਲ ਦੇ ਉੱਤੇ ਦਮਾਂ ਨੇ ਡੇਰਾ ਲਾ ਲਿਆ, ਹੋ ਸਕਦਾ ਜਾਂ ਤਾਂ ਗੰਗਾ ਰਾਮ ਤੇ ਕਾਹਨ ਸਿੰਘ ਵਾਂਗ ਮੈਨੂੰ ਫਾਂਸੀ ਦੇਣਗੇ ਕਿਸੇ ਜੰਗਲ 'ਚ, ਮੇਰੇ ਤੇ ਕੋਈ ਭਿਆਨਕ ਹਾਦਸਾ ਵਾਪਰੂ। ਉਹਨੂੰ ਦਰਿਆ ਦੀਆਂ ਛੱਲਾਂ ਸਤਲੁਜ ਦੀਆਂ ਜਿਵੇਂ ਲੋਹੇ ਦੀ ਛੱਲ ਹੁੰਦੀ ਹੈ, ਐਂ ਛੱਲਾਂ ਬਗ ਗਿਆ ਦੇਖਣ ਦਰਿਆ ਵਿੱਚੋਂ। ਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਨੂੰ ਵਿਛੋੜਾ ਪਏ ਨੂੰ 7 ਸਾਲ ਹੋ ਗਏ ਸੀ, 7.5। ਉਹਨੂੰ ਐਂ ਪਾਸੇ ਦੀ ਦਲੀਪ ਰਾਜਾ ਰਣਜੀਤ ਸਿੰਘ ਦੀ ਚਿਖਾ ਨੂੰ ਮੇਰੇ ਸਾਹਮਣੇ ਦੂਜੀ ਵਾਰੀ ਅੱਗ ਲੱਗ ਰਹੀ ਹੈ, ਸਦਰਾਂ ਮਚ ਰਹੀਆਂ ਨੇ। ਉਹਨੂੰ ਦਿਖਾਈ ਦੇ ਰਿਹਾ ਹੈ ਰਾਜਾ ਰਣਜੀਤ ਸਿੰਘ ਦਾ ਸੇਵਾ ਸਦਰਾਂ ਮਚਦਾ ਨਜ਼ਰ ਆਉਂਦਾ ਹੈ। ਦਲੀਪ ਸਿੰਘ ਰਾਜਕੁਮਾਰ ਦੇ ਸਿਰ ਤੇ ਕੋਈ ਜ਼ਾਲਮ ਪਾਪਣ ਡੈਂਡ ਤਾਜ ਲਾ ਰਹੀ ਹੈ, ਉਹਦੇ ਖੂਨ ਦੇ ਲਹੂ ਦੇ ਚੁੱਭ ਕੇ ਆਪਣੇ ਮੂੰਹ ਨੂੰ ਸੁਰਖੀ ਲਾ ਰਹੀ ਹੈ। ਕਦੇ ਕਹਿੰਦੀ ਹੈ ਆ ਜਿਹੜਾ ਮੇਰੇ ਨਾਲ ਵਾਪਰਿਆ ਹਾਦਸਾ, ਰਾਜਾ ਰਣਜੀਤ ਸਿੰਘ ਦੀ ਚਿਖਾ ਨੂੰ ਕੋਈ ਫਰਿਸ਼ਤਾ ਫੋੜ ਰਿਹਾ ਹੈ, ਉਹਦੇ ਦਿਲ ਦਰਿਆ ਦੇ ਭਾਂਬੜ ਸਤਲੁਜ ਨੂੰ ਠੰਡਾ ਕਰਨ ਵਾਲੇ। ਮੈਂ ਦੇਖੋ ਪਿਆਰੇ ਭਾਣਾ ਵਰਤਿਆ, ਰਾਣੀ ਨੂੰ ਬਹਾਨਾ ਤਲਾਸ਼ ਲਿਆਵਾਂਗੇ ਲਾਹੌਰ ਚਨਾਰ ਦੀ ਜੇਲ, ਜ਼ਾਲਮ ਗੋਰੇ ਫਰੰਗੀ ਉਹਦੇ ਨਾਲ ਧੋਖਾ ਕਰਕੇ ਜਦ ਲਾਹੌਰ ਤੋਂ ਜਾਣ ਦੀ ਬਜਾਏ ਰਾਣੀ ਨੂੰ ਸਤਲੁਜ ਦਰਿਆ ਤੇ ਲੈ ਕੇ ਪਾਰ ਕਰਨ ਵਾਸਤੇ, ਫਿਰ ਰਾਣੀ ਦੇ ਦਿਲ ਦੇ ਅਰਮਾਨ ਦੇਖੋ ਭਲਾ ਭਾਂਬੜ ਅੰਦਰ ਇਹ ਮੱਚੇ ਸੀ। ਜਿੰਦਾ ਸੇਖੂਪੁਰ ਦੇ ਕਿਲੇ ਚੋਂ ਲਈ ਬੱਗੀ ਵਿੱਚ ਬਹਾ, ਸਤਲੁਜ ਠੰਡੇ ਪਹੁੰਚ ਗਈ, ਹੋਲੇ ਵੇਖ ਲੈ ਸੀ ਜੰਗਲੀ ਰਾਹ, ਦਿੱਤਾ ਦੇਸ਼ ਲਿਟਾ ਜਿੰਦਾ ਜਾਣਗੀ ਜਾਣਗੀ, ਦੇਸ਼ ਲਿਟਾ ਜਿੰਦਾ ਜਾਣਗੀ, ਛਾਤੀ ਲਈ ਸੀ ਲਾਹੌਰ ਵੱਲ ਪਾ। ਉਹਦੇ ਦਿਲ ਵਿੱਚ ਤਾਂਬੜ ਮੱਚਦੇ ਰਹੀ ਹੰਝੂਆਂ ਨਾਲ ਵਜਾ, ਜੋ ਜੋ ਨੈਣੋ ਹੰਝੂ ਵਸਦੇ ਲਾ ਤੇ ਅੰਬਰਾਂ ਚ ਪਹੁੰਚੀ ਜਾ। ਹੋ ਜਿੰਦਾ ਹੋ ਕੇ ਦੀ ਅੱਗ ਵਿੱਚ ਮੱਚ ਗਈ ਮੱਚ ਗਈ, ਹੋ ਕੇ ਦੀ ਅੱਗ ਵਿੱਚ ਮੱਚ ਗਈ, ਦਿੱਤਾ ਤਨ ਮਨ ਤਸਮ ਬਣਾ। ਬਈ ਔਖਾ ਛੱਡ ਜਾਣਾ ਰੰਗਲੇ ਪੰਜਾਬ ਨੂੰ, ਜਿੱਥੇ ਵਗਦੇ ਨੇ ਫੰਜ ਦਰਿਆ, ਫਾਂਸੀ ਛਾੜ ਪਾ ਵਕੀਲ ਗੰਗਾ ਰਾਮ ਨੂੰ, ਸ਼ਾਇਦ ਮੈਨੂੰ ਇਹ ਦੇਣਗੇ ਸਜ਼ਾ। ਮੱਚੇ ਸੱਜਰਾ ਸਵਾਰਨ ਜੀਤ ਦਾ ਹੋ ਜੀਤ ਦਾ, ਸੱਜਰਾ ਸਵਾਰਨ ਜੀਤ ਦਾ ਲਾਂਬੂ ਕਿਸੇ ਨੇ ਦੁਆਰਾ ਦਿੱਤਾ ਲਾ। ਰਹੀ